ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਬਾਈ, ਕੀ ਹਾਲ ਹੈ? ਅਲਹਮਦੁਲਿਲਾ ਠੀਕ ਠਾਕ, ਤੁਸੀਂ ਸੁਣਾਓ ਬਾਈ? ਅੱਲਾ ਸ਼ੁਕਰ। ਸਭ ਤੋਂ ਪਹਿਲਾਂ ਮੈਂ ਤਾਰਫ ਕਰਾ ਦਿਓ ਨਾਜ਼ਰੀਨ ਦਾ ਕਿ ਨਾਂ ਹੈ ਤੇ ਪਤਾ ਦੱਸ ਦਿਓ। ਮੇਰਾ ਨਾਮ ਉਸਾਮਾ ਸਲੀਮ ਹੈ, ਇੱਕ ਗਾਉਂ ਕੋਟਲੀ ਫਰੀ ਦੇ ਨੰਬਰ ਰੋਡ ਤੇ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਸਮਾਂ ਬਾਈ, ਮਾਸ਼ਾਅੱਲਾ ਕਿੰਨੇ ਅਰਸੇ ਦਾ ਕੰਮ ਕਰ ਰਹੇ ਹੋ ਪੋਲਟਰੀ ਫਾਰਮ ਦਾ, ਦੇਸੀ ਮੁਰਗੇ ਪਾਲਣ ਦਾ? ਅਸੀਂ ਤਕਰੀਬਨ 2-2.5 ਸਾਲ ਤੋਂ ਕਰਦੇ ਜੇ। ਠੀਕ ਹੋ ਗਿਆ, 2-2.5 ਸਾਲ ਤੋਂ। ਮਾਸ਼ਾਅੱਲਾ, ਇਸ ਟਾਈਮ ਕਿੰਨੇ ਕੋ ਤੁਹਾਡੇ ਕੋਲ ਜਿਹੜੇ ਚੂਚੇ ਮੌਜੂਦ ਨੇ? ਸਾਡੇ ਕੋਲ ਇਸ ਟਾਈਮ 50-60 ਚੂਚੇ ਆ ਰਹੇ। ਮੁਰਗੀਆਂ ਤਕਰੀਬਨ 1-2 ਕਿਲੋ ਦਾ ਪਿਆ ਸੀ, 350-350 ਰੁਪਏ ਦਾ। ਅੱਛਾ ਭਾਈ, ਕੁਛ ਲੋਕ ਹੁੰਦੇ ਨੇ ਉਹ 1-2 ਦਿਨ ਦਾ ਜਿਹੜਾ ਨਾ ਚੂਜ਼ਾ ਖਰੀਦਦੇ ਨੇ। ਹਾਂਜੀ, ਤੁਸੀਂ ਜ਼ਿਕਰ ਕੀਤਾ ਤਕਰੀਬਨ ਉਹਦਾ ਵੇਟ 1/2 ਕਿਲੋ ਸੀ। ਹਾਂਜੀ, ਤੁਸੀਂ ਜ਼ਿਆਦਾ ਵੇਟ ਵਾਲੇ ਨੂੰ ਕਿਉਂ ਤਰਜੀਹ ਦਿੱਤੀ ਸੀ? ਆਮ ਤੌਰ 'ਤੇ ਫਸਟ ਟਾਈਮ ਸ਼ੁਰੂ ਕੀਤਾ ਸੀ, ਕੋਈ ਐਕਸਪੀਰੀਅੰਸ ਨਹੀਂ ਹੈ ਇਸ ਚੀਜ਼ ਦਾ, ਜਿਹਦੀ ਵਜ੍ਹਾ ਤੁਹਾਨੂੰ ਡਰ ਸੀ ਕਿ ਬਹੁਤਾ ਛੋਟਾ ਚੂਚਾ ਲਾਵਾਂਗੇ ਤਾਂ ਮਰ ਵੀ ਸਕਦਾ ਔਰ ਨੁਕਸਾਨ ਬਹੁਤ ਜ਼ਿਆਦਾ ਹੋਏਗਾ। ਇਸ ਵਾਸਤੇ 1/2 ਕਿਲੋ ਜਿਹਾ ਚੂਚਾ ਹੁੰਦਾ ਆਮ ਤੌਰ 'ਤੇ, ਉਹ ਬਹੁਤ ਅੱਛਾ ਹੁੰਦਾ ਔਰ ਸਿਹਤਮੰਦ ਹੁੰਦਾ ਤਕਰੀਬਨ, ਔਰ ਉਹਨੂੰ ਹੈਂਡਲ ਕਰਨਾ, ਉਹਦੀ ਪਰਵਰਿਸ਼ ਕਰਨਾ ਬਹੁਤ ਸੌਖਾ ਹੋ ਜਾਂਦਾ ਸਾਡੇ ਲਈ। ਅੱਛਾ, ਤੁਸੀਂ ਟੋਟਲ 110 ਖਰੀਦੇ ਹਨ? ਹਾਂਜੀ, ਪਹਿਲੀ ਦਫਾ 110 ਖਰੀਦੇ। ਤੇ ਫੀ ਤੁਹਾਨੂੰ ਚੂਚਾ ਕਿੰਨੇ ਦਾ ਮਿਲ ਗਿਆ ਸੀ? ਫੀ ਚੂਚਾ ਹਾਂ ਤਕਰੀਬਨ 310-315 ਰੁਪਏ ਦਾ ਮਿਲਿਆ ਸੀ। ਸਰ, ਤੁਹਾਡਾ ਚੂਜ਼ੇ ਰੱਖਣ ਦਾ, ਮੁਰਗੀਆਂ ਰੱਖਣ ਦਾ ਮੇਨ ਮਕਸਦ ਕੀ ਹੈ? ਆਮ ਤੌਰ 'ਤੇ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਡੇਅਰੀ ਫਾਰਮ, ਪੋਲਟਰੀ ਫਾਰਮ ਵਗੈਰਾ ਤੋਂ ਚੂਜ਼ੇ ਮਿਲ ਜਾਂਦੇ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਦੇਸੀ ਰੱਖੇ ਦੇ ਨੇ, ਲੇਕਿਨ ਮੈਂ ਸਮਝਣਾ ਕਿ ਅਸੀਂ ਉਹਦੇ ਤੋਂ ਸੈਟਿਸਫਾਈ ਨਹੀਂ ਹੁੰਦੇ ਹੈ, ਸਾਨੂੰ ਉਹਦੇ ਸੈਟਿਸਫੈਕਸ਼ਨ ਨਹੀਂ ਫੀਲ ਹੁੰਦੀ। ਪਤਾ ਨਹੀਂ ਉਹਨਾਂ ਨੇ ਕੀ ਪਾਇਆ ਹੁੰਦਾ, ਉਹਨਾਂ ਨੂੰ ਫੀਡ ਕਿਹੜੀ ਯੂਜ਼ ਕਰਦੇ ਨੇ, ਕੈਸੀ ਖੁਰਾਕ ਯੂਜ਼ ਕਰਦੇ ਨੇ, ਔਰ ਸਮ ਟਾਈਮ ਐਸਾ ਹੁੰਦਾ ਵੇ ਕਿ ਉਹ ਜਿਹੜੇ ਹੁੰਦੇ ਨੇ ਉਹ ਬਿਮਾਰ ਵੀ ਹੋ ਸਕਦੇ ਨੇ, ਔਰ ਅਸੀਂ, ਸਾਨੂੰ ਨਹੀਂ ਇਸ ਚੀਜ਼ ਦਾ ਇਲਮ ਹੁੰਦਾ, ਉਹਦੀ ਵਜ੍ਹਾ ਤੋਂ ਅਸੀਂ ਜਿਹੜਾ ਨਾ ਬਿਮਾਰ ਮੁਰਗੀ ਮੁਰਗੇ ਦਾ ਗੋਸ਼ਤ ਖਾ ਲੈਂਦੇ ਹਾਂ। ਉਸ ਤੋਂ ਬਾਅਦ ਅੰਡਿਆਂ ਦਾ ਸਾਨੂੰ ਨਹੀਂ ਕਨਫਰਮ ਹੁੰਦਾ ਕਿ ਦੇਸੀ ਹੈ ਵੀ ਨਹੀਂ ਜਾਂ ਰੰਗ ਹੋ ਗਿਆ ਦਾ ਇਹਨਾਂ ਨੂੰ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਣ ਵਾਸਤੇ ਆਸਾਨ ਹੈ ਖੁਦ ਜਿਹੜਾ ਸੀ ਨਾ ਡਿਸਾਈਡ ਕੀਤਾ ਸੀ ਕਹੀਏ ਸਾਰਾ ਕੁਛ ਜਿਹੜਾ ਨਾ ਇਕੱਠਾ ਰੱਖੀਏ ਔਰ ਆਪਣੇ ਘਰ ਦਾ ਰੱਖੀਏ ਤਾਂ ਕਿ ਸਾਨੂੰ ਸੈਟਿਸਫੈਕਸ਼ਨ ਵੀ ਫੀਲ ਹੋਵੇ ਅਤੇ ਅਸੀਂ ਈਜ਼ੀਲੀ ਆਪਣੀ ਜਿਹੜੀ ਅਪਰੋਚ ਕਰ ਸਕੀਏ ਇਹਨਾਂ ਤੱਕ। ਅੱਛਾ, ਯਾਨੀ ਤੁਹਾਡਾ ਮਕਸਦ ਹੈ ਵੇ ਕਿ ਤੁਸੀਂ ਹਾਲਸ ਚੀਜ਼ ਆਪਣੇ ਇਸਤੇਮਾਲ ਵਾਸਤੇ ਇਹਨਾਂ ਨੂੰ ਕਰਦੇ ਹੋ ਅਤੇ ਤਾਂ ਵਾਸਤੇ ਤੁਸੀਂ ਇਹ ਰੱਖੇ ਨੇ, ਸੇਲ ਤਾਂ ਨਹੀਂ ਕਰਦੇ? ਨਹੀਂ ਨਹੀਂ, ਸੇਲ ਨਹੀਂ ਕਰੀਦਾ। ਸਮ ਟਾਈਮ ਹੁੰਦਾ ਕੋਈ ਦੋਸਤ ਵਗੈਰਾ ਆਉਂਦੇ ਨੇ ਅਤੇ ਉਹਨਾਂ ਨੂੰ ਐਜ਼ ਅ ਗਿਫਟ ਦੇਈਦਾ, ਲੇਕਿਨ ਉਹਨਾਂ ਜਗ੍ਹਾ ਸੇਲ ਕਰਨ ਵਾਸਤੇ ਹੋਏ ਤਾਂ ਉਹ ਕੋਈ ਨਹੀਂ, ਅਸੀਂ ਸਿਰਫ ਆਪਣੇ ਵਾਸਤੇ ਰੱਖੇ ਨੇ, ਆਪਣੇ ਖਾਣ ਪੀਣ ਵਾਸਤੇ ਰੱਖੇ ਨੇ ਘਰ। ਅੱਛਾ, ਅਗਰ ਕੋਈ ਬੰਦਾ ਬਾਜ਼ਾਰੋਂ ਲੈ ਕੇ ਮੁਰਗਾ ਜਾਂ ਅੰਡੇ ਖਾਂਦਾ ਹੈ, ਹਾਂਜੀ, ਤੇ ਉਹਨੂੰ ਉਹ ਸਸਤੇ ਪੈਂਦੇ ਨੇ ਜਾਂ ਕਿ ਅਗਰ ਉਹ ਰੱਖ ਕੇ ਪਾਲੇ ਉਹ ਗੋਸ਼ਤ ਵੀ ਉਹਨਾਂ ਦਾ ਲੇ ਤੇ ਅੰਡੇ ਵੀ ਲੇ ਉਹਨੂੰ ਸਸਤੇ ਪੈਂਦੇ ਨੇ? ਮੇਰੇ ਖਿਆਲ 'ਚ ਅਗਰ ਉਹ ਖੁਦ ਰੱਖਦਾ ਤਾਂ ਉਹਨੂੰ ਬਹੁਤ ਸਸਤਾ ਪੈਂਦਾ, ਕਿਉਂਕਿ ਅਸੀਂ ਜਿਹੜਾ ਰੱਖਦੇ ਹਾਂ ਤਕਰੀਬਨ ਸਾਡਾ ਜਿਹੜਾ 60 ਮੁਰਗੀਆਂ ਦਾ ਅਗਰ ਲਗਾਓ ਤਾਂ ਤੁਸੀਂ ਉਹ ਸਾਨੂੰ 650-600 ਰੁਪਏ ਜਿਹੜਾ ਡੇਲੀ ਦਾ ਖੁਰਾਕ ਦਾ ਇਹਦਾ ਖਰਚਾ ਆਉਂਦਾ ਹੈ, ਔਰ ਮਾਰਕੀਟ ਜਾਈਏ ਤਾਂ ਇੱਕ ਚੂਚਾ ਲੈਣ ਵਾਸਤੇ ਜ਼ਿੰਦਾ ਦਿੰਦੇ ਨੇ ਤਕਰੀਬਨ 800-850 ਰੁਪਏ ਦਾ, ਜਿਹਦਾ ਉਹ ਵੀ ਕਨਫਰਮ ਨਹੀਂ ਅਸੀਂ ਕਹਿ ਸਕਦੇ ਕਿ ਵਾਕਈ ਦੇਸੀ ਹੈ ਜਾਂ ਮਸ਼ੀਨਰੀ ਗੋਲਡਨ ਵਗੈਰਾ ਹੈ। ਅਤੇ ਉਹਦੇ ਅਤੇ ਅੰਡੇ ਵੇਖੀ ਜਾਣ ਅਤੇ ਅੰਡੇ ਵੀ ਇਹੀ ਬਹੁਤ ਜ਼ਿਆਦਾ ਸੁਣਨੇ ਆ ਆਮ ਤੌਰ 'ਤੇ ਕਿ ਅੰਡੇ ਜਿਹੜੇ ਨੇ ਉਹ ਰੰਗ ਹੋਏ ਦੇ ਨੇ, ਦੇਸੀ ਨਹੀਂ, ਬਹੁਤ ਜਲਦੀ ਕਾਲੇ ਹੋ ਗਏ ਨੇ ਜਾਂ ਜੇ ਉਹ ਜਦੋਂ ਬੋਇਲ ਕਰਦੇ ਨੇ ਤਾਂ ਉਹਦਾ ਮਜ਼ਾ ਨਹੀਂ ਆਉਂਦਾ ਹੈ, ਫਰਾਈ ਕਰਦੇ ਨੇ ਉਹਦਾ ਮਜ਼ਾ ਨਹੀਂ ਆਉਂਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਬਿਹਤਰ ਹੈ ਹੋਈਏ ਕਿ ਈਜ਼ੀਲੀ ਵੀ ਲੈ ਸਕਦੇ ਤੁਸੀਂ, ਤਾਂ ਬਹੁਤ ਸਸਤੇ ਕੰਮ 'ਚ ਤੁਸੀਂ ਜਿਹੜਾ ਨਾ ਕੰਮ ਆਪਣਾ ਕਰ ਸਕਦੇ ਹੋ। ਅੱਛਾ ਭਾਈ, ਤੁਸੀਂ ਗੱਲ ਕੀਤੀ ਹੈ ਕਿ ਖਰਚੇ ਦੀ,
ਮਾਸ਼ਾਅੱਲਾ 60 ਚੂਜ਼ਾਂ ਦਾ ਕਿੰਨਾ ਖਰਚਾ ਦੱਸਿਆ ਜੇ? 650 ਰੁਪਇਆ, ਠੀਕ ਹੈ। ਇਹਦੇ ਵਿੱਚ ਤੁਸੀਂ ਕੀ ਕੀ ਖੁਰਾਕ ਇਸਤੇਮਾਲ ਕਰ ਰਹੇ ਹੋ, ਕਿਹਦੇ ਕਿਹਦੇ ਤੇ ਕਿੰਨਾ ਖਰਚਾ ਆਉਂਦਾ, ਦੱਸੋ ਖੁਰਾਕ ਕਿਹੜੀ ਕਿਹੜੀ ਇਸਤੇਮਾਲ ਕਰਵਾ ਰਹੇ ਹੋ? ਖੁਰਾਕ ਹੀ ਇਹਦੇ ਵਿੱਚ ਇੱਕ 6 ਨੰਬਰ ਫੀਡ ਯੂਜ ਕਰਨੇ ਆ, ਬਹੁਤ ਹਲਕੇ ਦਰਜੇ ਦੀ। ਅੱਜ ਕੱਲ੍ਹ ਸਰਦੀਆਂ ਨੇ ਤੇ ਉਦਾਂ ਮੈਂ ਉਹਦੇ ਵਾਸਤੇ ਬਹੁਤ ਅੱਛਾ ਹੁੰਦਾ, ਜਿਵੇਂ ਤੁਸੀਂ ਆਮ ਤੌਰ ਤੇ ਬਿਰਿਆਨੀ ਵਗੈਰਾ ਖਾਂਦੇ ਹੋ ਉਹਦੇ ਨਾਲ ਰਾਇਤਾ ਰੱਖਦੇ ਹੋ ਤੇ ਬਹੁਤ ਜ਼ਿਆਦਾ ਅੱਛਾ ਜ਼ਾਇਕਾ ਬਣਦਾ ਉਹਦਾ। ਤੇ ਸਮਝੋ ਅਸੀਂ ਇਹ ਰਾਇਤਾ ਹੀ ਰੱਖਿਆ ਦਾ ਨਾਲ ਕੇ ਜਿਹੜਾ ਈਜ਼ੀਲੀ ਖਾ ਲੈਂਦੇ ਨੇ, ਬਹੁਤ ਸ਼ੌਕ ਦੇ ਨਾਲ ਚੂਜ਼ੇ ਖਾ ਲੈਂਦੇ ਨੇ। ਨਹੀਂ ਤੇ ਉਂਝ ਨਾ ਅਸੀਂ ਆਮ ਤੌਰ ਤੇ ਜਿਹੜਾ ਦੇਸੀ ਪਾਈਦਾ, ਕਣਕ ਪਾਈਦੀ ਹੈ, ਬਾਜਰਾ ਪਾਈਦਾ, ਔਰ ਉਹਨਾਂ ਦੀ ਅੰਡਿਆਂ ਦੀ ਪੈਦਾਵਾਰ ਬਣਾਉਣ ਵਾਸਤੇ ਅਸੀਂ ਇਹਨਾਂ ਪਾਲਕ ਪਾਉਂਦੇ ਹਾਂ, ਪਾਲਕ ਪਾਉਂਦੇ ਹਾਂ, ਸਟਾਲਾ ਵਗੈਰਾ ਪਾਉਂਦੇ ਹਾਂ, ਔਰ ਸੁਬਹਾ ਅਸੀਂ ਇਹਨਾਂ ਨੂੰ ਤਕਰੀਬਨ ਕੋਈ ਘੰਟਾ ਡੇਢ ਸੁਬਹਾ ਘੰਟਾ ਡੇਢ ਸ਼ਾਮ ਨੂੰ ਖੋਲਦੇ ਹਾਂ ਕਿ ਬਾਹਰ ਜਿਹੜਾ ਤੁਰ ਫਿਰ ਕੇ ਆਪਣੀ ਜਿਹੜੀ ਆਪਣੀ ਮਰਜ਼ੀ ਦਾ ਚੁਣ ਕੇ ਦਾਣਾ ਖਾ ਸਕਦੇ ਹਾਂ ਬਾਹਰੋਂ। ਅੱਛਾ, ਪਾਲਕ ਵਾਲੀ ਗੱਲ ਦਾ ਕੀ, ਸਾਨੂੰ ਕੋਈ ਨਵੀਂ ਤੋਂ ਗੱਲ ਦੱਸੀ, ਪਾਲਕ ਕੀ ਹਿਸਾਬ ਦਾ ਹੁੰਦਾ? ਪਾਲਕ ਇੱਕ ਤੇ ਖਾਂਦੇ ਬੜੇ ਸ਼ੌਕ ਦੇ ਨਾਲ ਨੇ ਜੀ, ਦੂਸਰੀ ਇਹਨਾਂ ਦੇ ਅੰਦਰ ਜਾ ਕੇ ਨਾ ਜਿਹੜੀ ਗਰਮੀ ਹੁੰਦੀ ਹੈ ਨਾ ਉਹ ਬਣਾਉਂਦੀ ਹੈ, ਅੰਦਰ ਹੀਟ ਪੈਦਾ ਕਰਦੀ ਹੈ, ਜਿਹਦੀ ਵਜ੍ਹਾ ਤੋਂ ਅੰਡੇ ਦੇਣ ਦੇ ਵਿੱਚ ਇਹਨਾਂ ਨੂੰ ਨਾ ਤਕਲੀਫ ਹੁੰਦੀ ਹੈ ਔਰ ਅੰਡਾ ਵੀ ਸਹੀ ਸਿਹਤਮੰਦ ਹੁੰਦਾ ਹੈ। ਅੱਛਾ ਭਾਈ, ਤੁਸੀਂ ਗੱਲ ਕੀਤੀ ਹੈ ਜਿਹੜਾ ਤੁਸੀਂ ਗੰਦਮ ਇਸਤੇਮਾਲ ਕਰਾਉਂਦੇ ਹੋ, ਬਾਜਰਾ, ਉਸ ਤੋਂ ਬਾਅਦ ਇੱਕ ਸਪੈਸ਼ਲ ਫੀਡ ਹੈ, ਤਿੰਨ ਚੀਜ਼ਾਂ, ਚੌਥੀ ਚੀਜ਼ ਕਿਹੜੀ ਦੱਸੀ ਤੁਸੀਂ? ਅਸੀਂ ਬਾਜਰਾ, ਕਣਕ ਦੱਸੀ ਹੈ ਮੈਂ ਇੱਕ ਹੋਰ ਕਣਕ, ਠੀਕ ਹੈ। ਅੱਛਾ, ਗੰਦਮ ਕਿੰਨੀ ਇਹਨਾਂ ਜਾਨਵਰਾਂ ਵਾਸਤੇ ਲੈਂਦੇ ਹੋ ਤੁਸੀਂ? ਅਸੀਂ ਆਮ ਤੌਰ ਤੇ ਸਾਡੀ ਕਣਕ ਜਿਹੜੀ ਹੈ ਘਾਟਦੀ ਹੈ ਔਰ ਇੱਕ ਮਹੀਨੇ ਦੇ ਵਿੱਚ ਅਸੀਂ ਤਕਰੀਬਨ ਜਿਹੜਾ ਮਨ ਡੇਢ ਮਨ ਕਣਕ ਔਰ ਬਾਜਰੇ ਦਾ ਇੱਕ ਤੋਰਾ ਜਿਹੜਾ ਤਕਰੀਬਨ 2600-2700 ਰੁਪਏ ਤੋਰਾ ਪੈਂਦਾ ਸਾਨੂੰ, ਬਰਨਾਲਾ ਕੁਆਲਿਟੀ ਦਾ ਬਹੁਤ ਅੱਛਾ ਜਿਹੜਾ ਬਾਜਰਾ ਵੇ ਉਹ ਅਸੀਂ ਜਿਹੜਾ ਇਹਨਾਂ ਅਸੀਂ ਯੂਜ਼ ਕਰਨੇ ਆ। ਅਗਰ ਇੱਕ ਐਵਰੇਜ ਗੱਲ ਕਰ ਲਈਏ, ਤੁਸੀਂ ਦੱਸਿਆ ਕਿ 650 ਰੁਪਇਆ ਜਿਹੜਾ ਵੇ ਉਹ ਖਰਚਾ ਆਉਂਦਾ ਤੁਹਾਡੇ 60 ਚੂਜ਼ਿਆਂ ਦੇ, ਠੀਕ ਹੈ, ਡੇਲੀ ਦਾ। ਮਸਲਾਂ ਕਿ 10-12 ਰੁਪਏ ਇੱਕ ਚੂਜ਼ੇ ਦਾ ਖਰਚਾ ਜਾਂਦਾ ਆ ਜਾਂਦਾ, ਹਾਂਜੀ, ਇੰਨਾ ਆ ਜਾਂਦਾ, ਠੀਕ ਹੈ। ਆ 10-12 ਰੁਪਏ ਖਰਚ ਕਰਨ ਤੋਂ ਬਾਅਦ ਤੁਹਾਨੂੰ ਇਹ ਕੀ ਬਚਤ ਦੇ ਜਾਂਦੇ ਨੇ? 10-12 ਰੁਪਏ ਖਰਚ ਕਰਨ ਤੋਂ ਬਾਅਦ, 10-12 ਰੁਪਏ ਖਰਚ ਕਰਨ ਤੋਂ ਬਾਅਦ ਇੱਕ ਤਾਂ ਤੁਹਾਨੂੰ ਆਂਡੇ ਮਿਲ ਜਾਂਦੇ ਰੋਜ਼, 10-12-15 ਵੀ ਮਿਲਦੇ ਨੇ, ਔਰ ਜਦੋਂ ਤਕਰੀਬਨ ਮੁਰਗੀਆਂ ਜਿਹੜੀਆਂ ਸਾਰੀਆਂ ਅੰਡੇ ਦਿੰਦੀਆਂ ਹੁੰਦੇ 15-20 ਅੰਡੇ ਵੀ ਹੋ ਜਾਂਦੇ ਨੇ। ਲਾਸਟ ਇਹੀ ਆ ਅਸੀਂ ਤਕਰੀਬਨ ਪਿਛਲੇ ਸਾਲ ਆ ਕੋਈ 20-20 ਅੰਡੇ ਵੀ ਜਿਹੜੇ ਨਾ ਇੱਕ ਦਿਨ ਦੇ ਲਏ ਨੇ ਮੁਰਗੀਆਂ ਦੇ। ਅਗਰ 20 ਅੰਡੇ ਗੱਲ ਕਰ ਲਈਏ, ਇੱਕ ਦੇਸੀ ਅੰਡਾ 20 ਰੁਪਏ ਦਾ, 400 ਰੁਪਏ ਅੰਡੇ ਹਰ ਰੋਜ਼ ਹੋ ਗਏ? ਨਹੀਂ, 20 ਰੁਪਏ ਦਾ ਨਹੀਂ, 20 ਰੁਪਏ ਦਾ ਤਕਰੀਬਨ 10-12 ਰੁਪਏ ਦਾ ਦੂਸਰਾ ਪੈਂਦਾ, 25 ਰੁਪਏ ਦਾ ਤਕਰੀਬਨ ਸਾਡੇ ਇੱਥੇ ਜਿਹੜੇ ਕਰੀਬੀ ਤੌਰ ਤੇ ਜਿਹੜੇ ਵੇਚਦੇ ਨੇ ਨਾ 25 ਰੁਪਏ ਦਾ ਅੰਡਾ, 400-450 ਦਾ ਹਰ ਰੋਜ਼ ਦੇ ਅੰਡੇ ਹੋ ਗਏ, ਹਾਂਜੀ, 400-450 ਦੇ। ਅਗਰ ਸਾਡੇ ਘਰ ਕੋਈ ਮਹਿਮਾਨ ਆ ਜਾਂਦਾ, ਅੱਜ ਕੱਲ੍ਹ ਸਰਦੀਆਂ ਚੱਲਦੀਆਂ ਪਈਆਂ, ਤੇ ਅਗਰ ਸਾਡਾ ਦੇਸੀ ਮੁਰਗਾ ਸਰਦੀਆਂ ਵਿੱਚ ਬਹੁਤ ਅੱਛਾ ਆਵੇ, ਇਹਦੇ ਨਾਲ ਇੱਕ ਤੇ ਜਿਹੜਾ ਅੰਦਰ ਬੰਦਾ ਵੀ ਅੱਛਾ ਰਹਿੰਦਾ, ਇਹਦੀ ਜਖਣੀ ਜਿਹੜੀ ਉਹ ਬੜੀ ਮਜ਼ੇਦਾਰ ਹੁੰਦੀ ਹੈ, ਸ਼ੋਰਬਾ ਵਗੈਰਾ ਇਹਦਾ ਬਹੁਤ ਮਜ਼ੇਦਾਰ ਬਣਦਾ, ਔਰ ਇੱਕ ਤਾਕਤ ਵਾਸਤੇ ਬਹੁਤ ਅੱਛਾ ਹੁੰਦਾ ਸਰਦੀਆਂ ਦੇ ਵਿੱਚ, ਜਿਹੜੀ ਠੰਡ ਬਹੁਤ ਘੱਟ ਲੱਗਦੀ ਹੈ। ਇਹ ਮੁਰਗਾ ਵੀ ਆਪੀ ਇਸਤੇਮਾਲ ਕਰ ਸਕਦੇ ਹਾਂ ਕਿ ਜਦੋਂ ਸਾਨੂੰ ਜ਼ਰੂਰਤ ਹੋਵੇ ਅਸੀਂ ਤੋੜੇ ਲਾ ਕੇ ਬੰਦ ਕੀਤਾ ਕਿ ਬਾਹਰੋਂ ਕਿਸੇ ਵੀ ਚੀਜ਼ ਸਾਈਡ ਤੋਂ ਹਵਾ ਨਾ ਇੰਨਾ ਵਾਸਤੇ ਆਵੇ, ਔਰ ਦੂਸਰੀ ਚੀਜ਼ ਜਿਹੜੀ ਹੈ ਕਿ ਅਗਰ ਤੁਸੀਂ ਦੇਖੋਗੇ ਨਾ ਤਾਂ ਬੱਸ ਤੁਸੀਂ ਜਾਂਦੇ ਹੋ, ਥੋੜੀ ਜਿਹੀ ਖਿੜਕੀ ਖੁੱਲੀ ਹੋਏ ਤੇ ਹਵਾ ਬੜੀ ਠੰਡੀ ਲੱਗਦੀ ਹੈ, ਸਾਡੀ ਹਰ ਮੁਮਕਿਨ ਸੂਰਤ ਹੁੰਦੀ ਹੈ ਕਿਸੇ ਵੀ ਸਾਈਡ ਤੋਂ ਇੰਨਾ ਜਿਹੜੀ ਹੈ ਨਾ ਹਵਾ ਨਾ ਠੰਡੀ ਆਵੇ, ਰਾਤ ਨੂੰ ਬਹੁਤ ਜ਼ਿਆਦਾ ਠੰਡ ਹੁੰਦੀ ਹੈ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਦਵਾਈਆਂ ਦਿੰਦੇ ਹਾਂ, ਐਨਸੋਨ ਇੱਕ ਦਵਾਈ ਹੈ, ਉਹ ਸੀਰਪ ਹੁੰਦਾ 1 ਕਿਲੋ ਦੇ ਵਿੱਚ, ਤਕਰੀਬਨ ਅਸੀਂ 1 ਢੱਕਣ ਉਸ ਦਵਾਈ ਦਾ ਪਾਉਂਦੇ ਹਾਂ, ਜਿਹਦੀ ਵਜ੍ਹਾ ਤੋਂ ਅੰਦਰ ਇਹਨਾਂ ਦਾ ਠੰਡ ਵਗੈਰਾ ਹੋਵੇ ਜਾਂ ਹੋਰ ਕੋਈ ਬਿਮਾਰੀ ਹੋਵੇ ਤਾਂ ਬਿਲਕੁਲ ਜਿਹੜੀ ਆ ਕਲੀਅਰ ਹੋ ਜਾਂਦੀ ਹੈ, ਸਫਾਈ ਹੋ ਜਾਂਦੀ ਹੈ ਅੰਦਰੋਂ ਵੀ ਸਾਰੀ। ਅੱਛਾ ਭਾਈ, ਸਾਨੂੰ ਬਰਤਨ ਨਜ਼ਰ ਆ ਰਹੇ ਨੇ, ਬਰਤਨਾਂ ਦੀ ਗੱਲ ਕਰ ਲਈਏ, ਇੰਨੇ
ਪੁੱਛਣਾ ਚਾਹੁੰਦਾ ਵਾਸਤੇ ਕਿੰਨੇ ਬਰਤਨ ਕਾਫੀ ਹੁੰਦੇ ਨੇ ਮੁਰਗਿਆਂ ਵਾਸਤੇ, ਕਿੰਨੇ ਬਰਤਨ ਰੱਖੇ ਨੇ ਤੁਸੀਂ? ਸਾਡੇ ਕੋਲ ਸੱਤ ਜਾਨਵਰ ਨੇ ਤੇ ਸੱਤ ਜਾਨਵਰਾਂ ਵਾਸਤੇ ਅਸੀਂ ਚਾਰ ਰੱਖੇ ਦੇ ਨੇ ਪਰਾਤਾਂ ਰੱਖੀਆਂ ਹੁੰਦੀਆਂ ਨੇ ਖਾਣੇ ਵਾਸਤੇ, ਜਿਹਦੇ ਵਿੱਚ ਦਾਣਾ ਵਗੈਰਾ ਡਾਲੀ ਦਾ, ਔਰ ਦੋ ਕੂੰਡੇ ਰੱਖੇ ਨੇ ਪਾਣੀ ਵਾਸਤੇ। ਆਮ ਤੌਰ ਤੇ ਜਿਹੜੇ ਦੂਸਰੀਆਂ ਗੈਲਾਂ ਲੱਭਦੀਆਂ ਪੋਲਟਰੀ ਫਾਰਮ 'ਚ ਪਈਆਂ ਹੁੰਦੀਆਂ ਪਲਾਸਟਿਕ ਦੀਆਂ, ਉਹ ਆ ਚੂਜ਼ੇ ਲੜਦੇ ਨੇ ਆਪਸ 'ਚ, ਇੱਕ ਦੂਜੇ ਨਾਲ ਲੜਦੇ ਨੇ ਤੇ ਫਿਰ ਰੋੜ ਹੱਟਦੇ ਨੇ। ਕੁੰਡਾ ਜਿਹੜਾ ਐਸੀ ਵਾਸਤੇ ਬਹੁਤ ਈਜ਼ੀ ਹੁੰਦਾ ਕਿ ਇੱਕ ਭਾਰਾ ਹੁੰਦਾ ਰੁੜਦਾ ਨਹੀਂ, ਔਰ ਉਹਦੇ ਵਿੱਚ ਪਾਣੀ ਵੀ ਜਿਹੜਾ ਬਹੁਤ ਅੱਛਾ ਰਹਿੰਦਾ। ਅੱਛਾ ਭਾਈ, ਜਿਹੜੀ ਮੁਰਗੀ ਅੰਡੇ ਨਹੀਂ ਦਿੰਦੀ ਉਹਨੂੰ ਫਿਰ ਕੀ ਖਿਲਾਉਂਦੇ ਹੋ ਜਾਂ ਕੀ ਪਿਲਾਉਂਦੇ ਹੋ ਕਿ ਉਹ ਅੰਡੇ ਦੇਣਾ ਸਟਾਰਟ ਕਰਦੇ? ਅਸੀਂ ਇਹਨਾਂ ਦੇ ਵਾਸਤੇ ਖਾਸ ਚੀਜ਼ ਨਹੀਂ ਰੱਖਦੇ, ਅਸੀਂ ਸਾਰਾ ਕੁਛ ਇਹਨਾਂ ਇਕੱਠਿਆਂ ਪਾਉਂਦੇ ਹਾਂ, ਔਰ ਡਾਕਟਰ ਸਾਡੇ ਕੋਲ ਤਕਰੀਬਨ ਤੀਸਰੇ ਦਿਨ ਚੌਥੇ ਦਿਨ ਲਾਜ਼ਮੀ ਆਉਂਦੇ ਨੇ, ਜਿਹਦੇ ਨਾਲ ਅਸੀਂ ਚੈੱਕ ਕਰਵਾਈਦਾ ਕਿ ਫਲਾਣੀ ਮੁਰਗੀ ਜਿਹੜੀ ਸਾਨੂੰ ਅੰਡਾ ਨਹੀਂ ਦੇ ਰਹੀ, ਅਤੇ ਉਹ ਦੱਸਦੇ ਨੇ ਕਿ ਫਲਾਣੀ ਮੁਰਗੀ ਨੂੰ ਸਪੈਸ਼ਲ ਤੌਰ 'ਤੇ ਇਹਨੂੰ ਫੜ ਕੇ ਅਤੇ ਇਹਨੂੰ ਚੀਜ਼ ਨਾਲ ਜਿਹੜਾ ਤੁਸੀਂ ਸ਼ਰਬਤ ਪਿਲਾਉਂਦੇ ਹੋ ਇਹਨੂੰ ਫੜ ਕੇ ਪਿਲਾਓ, ਹੋ ਸਕਦਾ ਉਹ ਨਾ ਪੀਂਦੀ ਹੋਵੇ ਜਿਹਦੀ ਵਜ੍ਹਾ ਤੋਂ ਅੰਡਾ ਨਹੀਂ ਦਿੰਦੀ ਪਈ, ਅਤੇ ਉਹਨੂੰ ਫੜ ਕੇ ਅਤੇ ਪਾਣੀ ਵਗੈਰਾ ਪਿਲਾਈਦਾ। ਅਤੇ ਇਸ ਤੋਂ ਇਲਾਵਾ ਤੁਸੀਂ ਇਹਨਾਂ ਨੂੰ ਕੋਈ ਦੇਸੀ ਚੀਜ਼ ਵੀ ਦਿੰਦੇ ਹੋ ਤਾਂ ਕਿ ਇਹਨਾਂ ਨੂੰ ਬਿਮਾਰੀ ਨਾ ਲੱਗੇ? ਮੈਂ ਪਹਿਲੇ ਵੀ ਦੱਸਿਆ ਕਿ ਪਾਲਕ ਵਗੈਰਾ ਦੇਈ ਦੀ ਹੈ, ਲੇਕਿਨ ਸਮ ਟਾਈਮ ਜਿਹੜਾ ਮਹੀਨੇ ਦੇ ਵਿੱਚ ਅਸੀਂ ਦੋ ਦਫ਼ਾ ਜਾਂ ਤਿੰਨ ਦਫ਼ਾ ਲਾਜ਼ਮੀ ਤੌਰ 'ਤੇ ਇਹਨੂੰ ਥੂਮ ਪਾਉਂਦੇ ਹਾਂ, ਲੱਸਣ ਜਿਹਨੂੰ ਉਰਦੂ ਜ਼ਬਾਨ 'ਚ ਕਹੀਦਾ, ਅਸੀਂ ਇਹਨਾਂ ਨੂੰ ਤੁੜੀਆਂ ਬਣਾ ਕੇ ਉਹਦੀਆਂ ਗੰਢੇ ਤੋਂ ਅਲੱਗ ਕਰਕੇ ਉਹਦੀਆਂ ਤੁੜੀਆਂ ਵਗੈਰਾ ਬਣਾਉਂਦੇ ਹਾਂ, ਔਰ ਉਹ ਅੰਦਰ ਇਹਨਾਂ ਨੂੰ ਡਾਲ ਦਿੰਦੇ ਹਾਂ, ਬਹੁਤ ਈਜ਼ੀਲੀ ਇਹਦਾ ਸ਼ੌਕ ਦੇ ਨਾਲ ਖਾ ਲੈਂਦੇ ਨੇ। ਅੱਛਾ, ਦੱਸੋ ਜਿਹੜੀ ਇੱਕ ਚੂਜ਼ ਹੈ ਕਿੰਨੀ ਉਮਰ 'ਚ ਜਵਾਨ ਹੋਈ ਜਾਂਦਾ, ਕਿੰਨੇ ਮਹੀਨੇ 'ਚ, ਅਤੇ ਜਿਹੜੀ ਮੁਰਗੀ ਹੈ ਉਹ ਕਿੰਨੇ ਮਹੀਨੇ ਦੀ ਅੰਡੇ ਦੇਣਾ ਸ਼ੁਰੂ ਕਰ ਦਿੰਦੀ ਹੈ? ਜਿਹੜੇ ਫੇਰੀ ਵਾਲੇ ਆਉਂਦੇ ਨੇ ਉਹ ਐਸੇ ਇਹ ਕਹਿੰਦੇ ਨੇ ਕਿ 5-6 ਮੰਥ ਦੀ ਜਿਹੜੀ ਮੁਰਗੀ ਹੁੰਦੀ ਹੈ ਉਹ ਅੰਡਾ ਦੇਣ ਲੱਗ ਜਾਂਦੀ ਹੈ, ਲੇਕਿਨ ਅਸੀਂ 2-2.5 ਸਾਲ ਦੇ ਵਿੱਚ ਇਹ ਦੇਖਿਆ ਕਿ ਮੁਰਗੀ ਕਮ ਅਜ਼ ਕਮ ਵੀ ਜਿਹੜਾ 6 ਤੋਂ ਬਾਅਦ 7-8 ਮਹੀਨੇ ਜਿਹੜੇ ਇਹਨਾਂ ਅੰਡਾ ਦੇਣ ਲੱਗਦੀ ਹੈ, ਔਰ ਪਹਿਲੇ ਦਫ਼ਾ ਜਦੋਂ ਅੰਡਾ ਦਿੰਦੀ ਹੈ ਬਿਲਕੁਲ ਛੋਟਾ ਜਿਹਾ ਅੰਡਾ ਦਿੰਦੀ ਹੈ, ਲੇਕਿਨ ਜਦੋਂ ਇੱਕ ਸੀਜ਼ਨ ਹੋ ਜਾਂਦਾ ਤਕਰੀਬਨ 1 ਸਾਲ ਦੀ ਹੋ ਜਾਂਦੀ ਹੈ, ਫਿਰ ਉਦੋਂ ਬਾਅਦ ਦੁਬਾਰਾ ਅੰਡੇ ਦੇਣ ਲੱਗਦੀ, ਯਾਨੀ 11-12 ਮਹੀਨੇ ਜਿਹੜੀ ਮੁਰਗੀ ਅੰਡਾ ਦਿੰਦੀ ਹੈ ਉਹ ਅੰਡਾ ਵੀ ਬਹੁਤ ਸਿਹਤਮੰਦ ਹੁੰਦਾ, ਭਾਰਾ ਹੁੰਦਾ। ਅਤੇ ਮੁਰਗੀ ਜਿਹੜੀ ਇਹ ਲਗਾਤਾਰ ਹੀ ਅੰਡੇ ਦਿੰਦੀ ਹੈ ਕਿ ਕੋਈ ਵਿੱਚ ਗੈਪ ਵੀ ਹੁੰਦਾ? ਨਹੀਂ, ਗੈਪ ਵੀ ਆਉਂਦਾ ਵੇ, ਤਕਰੀਬਨ ਅਸੀਂ ਸਰਦੀਆਂ ਵਾਸਤੇ ਰੱਖਿਆ ਪਹਿਲੀ ਦਫ਼ਾ, ਔਰ ਅਸੀਂ ਗਰਮੀਆਂ ਦੇ ਵਿੱਚ ਤਕਰੀਬਨ 3-4 ਮਹੀਨੇ ਪਹਿਲੇ ਹੈ ਨਾ ਗਰਮੀਆਂ 'ਚ ਹੀ ਰੱਖ ਲਏ ਹਨ, ਔਰ ਸਾਨੂੰ ਸਰਦੀਆਂ ਦੇ ਮਿਡ 'ਚ ਜਾ ਕੇ ਯਾਨੀ ਕਿ ਸਰਦੀਆਂ ਦਾ ਜਿਹੜਾ ਪਹਿਲਾ 1-2 ਮਹੀਨਾ ਸੀ ਨਾ ਉਹ ਕੱਢ ਕੇ ਫਿਰ ਅੰਡੇ ਦੇਣ ਲੱਗੀਆਂ ਹਨ, ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ 4-5 ਮਹੀਨੇ ਦਾ ਗੈਪ ਆਇਆ, ਹੁਣ ਫਿਰ ਦੁਬਾਰਾ ਅੰਡੇ ਦਿੰਦੀਆਂ ਪਈਆਂ। ਕੁਛ ਲੋਕ ਹੁੰਦੇ ਨੇ ਉਹ ਮੁਰਗੀਆਂ ਕੋਲੋਂ 1 ਦਫ਼ਾ ਅੰਡੇ ਲੈ ਕੇ ਉਹਨਾਂ ਨੂੰ ਸੇਲ ਕਰ ਦਿੰਦੇ ਨੇ, ਫਿਰ ਅੱਗੋਂ ਨਵੇਂ ਚੂਜ਼ੇ ਪਾਉਂਦੇ ਨੇ, ਤੁਸੀਂ ਵੀ ਆਹ ਕੰਮ ਕੀਤਾ ਜਾਂ ਤੁਸੀਂ ਪੁਰਾਣੀਆਂ ਮੁਰਗੀਆਂ ਕੋਲੋਂ ਦੁਬਾਰਾ ਦੂਸਰੀ ਦਫ਼ਾ ਅੰਡੇ ਲੈ ਰਹੇ ਹੋ? ਅਸੀਂ ਵੀ ਪੁਰਾਣੀਆਂ ਮੁਰਗੀਆਂ ਹੀ ਰੱਖੀਆਂ ਨੇ, ਕਿਉਂਕਿ ਤੁਹਾਨੂੰ ਪਹਿਲੇ ਵੀ ਦੱਸਿਆ ਪਹਿਲੀ ਦਫ਼ਾ ਜਦੋਂ ਮੁਰਗੀ ਅੰਡਾ ਦਿੰਦੀ ਹੈ ਬਿਲਕੁਲ ਛੋਟਾ ਅੰਡਾ ਦਿੰਦੀ ਹੈ, ਔਰ ਉਸ ਤੋਂ ਬਾਅਦ ਜਦੋਂ ਦੂਸਰੀ ਦਫ਼ਾ ਅੰਡਾ ਦੇਣ ਲੱਗਦੀ ਹੈ ਫਿਰ ਉਹ ਅੰਡਾ ਜਿਹੜਾ ਨਾ ਬਹੁਤ ਸਿਹਤਮੰਦ ਹੋ ਜਾਂਦਾ ਹੈ, ਅਤੇ ਇਸ ਵਾਸਤੇ ਅਸੀਂ ਇਹੀ ਡਿਸਾਈਡ ਕੀਤਾ ਸੀ ਕਿ ਅਸੀਂ ਜਿਹੜਾ ਨਾ ਮੋਟਾ ਅੰਡਾ ਲੈਣ ਵਾਸਤੇ ਅਸੀਂ ਆਪਣੀਆਂ ਮੁਰਗੀਆਂ ਆਪਣੇ ਕੋਲ ਹੀ ਰੱਖਾਂਗੇ, ਸੇਲ ਨਹੀਂ ਕਰਾਂਗੇ ਅਸੀਂ। ਅੱਛਾ ਭਾਈ, ਜਿਹੜੇ ਅਗਰ 60 ਮੁਰਗੀਆਂ ਹੋਣ ਬੰਦੇ ਦੇ ਕੋਲ, ਉਹਦੇ ਵਾਸਤੇ ਮੁਰਗੇ ਕਿੰਨੇ ਕਾਫੀ ਹੁੰਦੇ ਨੇ ਉਹਦੇ ਵਾਸਤੇ? 60 ਮੁਰਗੀਆਂ ਰੱਖੀਆਂ ਹੋਣ ਤਾਂ ਅਗਰ ਤੁਸੀਂ ਅੰਡੇ ਵਗੈਰਾ ਲੈ ਰਹੇ ਨੇ ਤੇ ਉਹਦੇ ਵਾਸਤੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ 10-15 ਵਿੱਚ ਮੁਰਗੇ ਰੱਖਣੇ ਚਾਹੀਦੇ ਨੇ, ਕਿਉਂਕਿ ਅਗਰ ਉਹ ਜ਼ਿਆਦਾ ਮੁਰਗੇ ਹੋਣਗੇ ਉਹ ਜ਼ਿਆਦਾ ਸਵਾਰੀ ਕਰਨਗੇ, ਮੁਰਗੀ ਨੂੰ ਤੰਗ ਕਰਨਗੇ ਜਿਹਦੀ ਵਜ੍ਹਾ ਤੋਂ ਉਹਦੇ ਅੰਦਰ ਅੰਡਾ ਟੁੱਟ ਜਾਂਦਾ ਹੈ। ਇਸ ਵਾਸਤੇ ਜਿੰਨੇ ਤੁਸੀਂ ਕੰਮ ਰੱਖੋ, ਕੰਮ ਵੀ ਨਹੀਂ ਜ਼ਿਆਦਾ ਰੱਖੋ ਹੈ, 10-60 ਮੁਰਗੀਆਂ ਨੇ ਤਾਂ ਉਹਦੇ ਵਿੱਚ ਤੁਸੀਂ 10-15 ਤੱਕ ਤੁਸੀਂ ਅੰਡੇ ਰੱਖ ਸਕਦੇ ਮੁਰਗੇ। ਅੱਛਾ, ਸ਼ੈੱਡ ਦੀ ਗੱਲ ਕਰ ਲਿਆ ਬੰਦਾ, ਤੇ ਕਿੰਨੀ ਜਗ੍ਹਾ ਤੁਸੀਂ ਸ਼ੈੱਡ ਬਣਾਇਆ ਛੱਤ 'ਤੇ ਜਿਹੜਾ? ਅਸੀਂ ਤਕਰੀਬਨ ਮਰਲੇ 'ਚ ਬਣਾਇਆ, ਮਰਲਾ ਡੇਢ 'ਚ। ਹਾਂਜੀ, ਅਤੇ ਸ਼ੈੱਡ ਬਣਾਉਣ 'ਚ ਕਿੰਨਾ ਖਰਚਾ ਆ ਗਿਆ ਜੀ ਇਹਨਾਂ ਦਾ? ਇਹ ਜਿਹੜੀ ਫਿਲਹਾਲ ਤਕਰੀਬਨ ਇੱਟ ਜਿਹੜੀ ਹੈ ਨਾ ਉਹ ਮੇਰੇ ਖਿਆਲ 'ਚ ਅੱਜ ਕੱਲ੍ਹ 12-13 ਹਜ਼ਾਰ ਰੁਪਏ ਦੀ ਇੱਟ ਪੈਂਦੀ ਹੈ ਵੀ ਸਾਨੂੰ ਜਿਹੜੀ ਇੱਕ ਟਰਾਲੀ ਆਉਂਦੀ ਹੈ, ਔਰ ਇਹਦੇ ਵਿੱਚ ਤਕਰੀਬਨ ਸਾਨੂੰ ਕੋਈ ਸੀਮੈਂਟ ਵਗੈਰਾ ਡਾਲ ਕੇ ਤਾਂ ਕੋਈ ਤਕਰੀਬਨ 25-30 ਹਜ਼ਾਰ ਰੁਪਏ ਦਾ ਜਿਹੜਾ ਨਾ ਸਾਨੂੰ ਉਹ ਕਮ ਅਜ਼ ਕਮ ਇਹਦਾ ਨੁਸਖਾ ਲੱਗਦਾ ਹੋਵੇ।
ਲਾਸਟ ਟਾਈਮ ਪਿਆ ਜਾਲੀ ਜਿਹੜੀ ਅੰਦਰ ਲੱਗੀ ਸੀ ਜਾਲੀ ਜਿਹੜੀ ਲੱਗੀ ਹੈ ਅਸੀਂ ਸਾਨੂੰ ਕਿਸੇ ਨੇ ਦੱਸਿਆ ਸੀ ਸਾਨੂੰ ਨਾ ਅੰਡਿਆਂ ਦੀ ਨਹੀਂ ਮਿਲਦੀ ਪੈਦਾਵਾਰ ਨਹੀਂ ਜ਼ਿਆਦਾ ਮਿਲਦੀ ਪਈ ਮੈਂ ਤਦ ਵੀ ਪਹਿਲੇ ਦੱਸਿਆ ਕਿ ਜ਼ਿਆਦਾ ਮੁਰਗੇ ਨਹੀਂ ਰੱਖਣੇ ਚਾਹੀਦੇ ਸਾਡੇ ਕੋਲ ਮੁਰਗੇ ਜ਼ਿਆਦਾ ਹਨ ਅਤੇ ਅਸੀਂ ਉਹਨਾਂ ਨੂੰ ਦੋਨਾਂ ਸਿਸਟਮ ਨੂੰ ਅਲੱਗ ਕਰਨ ਵਾਸਤੇ ਅਤੇ ਮੁਰਗੀਆਂ ਅਲੱਗ ਹੋਣ ਮੁਰਗੇ ਅਲੱਗ ਹੋਣ ਅਸੀਂ ਉਹਦੇ ਵਾਸਤੇ ਜਾਲੀ ਲਗਵਾਈ ਸਾਨੂੰ 1500 ਰੁਪਏ ਜਾਲੀ ਪਈ ਸੀ ਜੀ ਤੇ ਭਾਈ ਤੁਸੀਂ ਸਿਰਫ ਮੁਰਗੀਆਂ ਦੀ ਸੇਵਾ ਕਰਦੇ ਹੋ ਜਾਂ ਨਾਲ ਕੋਈ ਹੋਰ ਵੀ ਕੰਮ ਕਰਦੇ ਹੋ ਪੇ ਮੈਂ ਬੇਸਿਕਲੀ ਸਟੱਡੀ ਕਰਨਾ ਵਾ ਮੈਂ ਆਈਕਮ ਦਾ ਸਟੂਡੈਂਟ ਹਾਂ ਪੰਜਾਬ ਭਾਈ ਤਰਫ ਪੜ੍ਹਨਾ ਪਿਆ ਮੈਂ ਔਰ ਮੇਰੀ ਸਾਰੀ ਡਿਗਰੀ ਕੰਪਲੀਟ ਹੋਈ ਹੈ ਅਸੀਂ ਨਾਲ ਮੈਂ ਸਟੱਡੀ ਕਰਨਾ ਔਰ ਪਾਰਟ ਟਾਈਮ ਆ ਕੇ ਮੈਂ ਸੁਬਹਾ ਵੀ ਔਰ ਸੈਕਿੰਡ ਟਾਈਮ ਵੀ ਇਹਨਾਂ ਦੀ ਮੈਂ ਸਾਰੀ ਪਰਵਰਿਸ਼ ਮੁਰਗੀਆਂ ਦੀ ਖੁਦ ਕਰਨਾ ਵਾ ਮਾਸ਼ਾਅੱਲਾ ਜਿਹੜੇ ਦੋਸਤ ਇਹ ਵੀਡੀਓ ਵੇਖਦੇ ਨੇ ਪੇ ਖਾਸ ਤੌਰ ਤੇ ਜਿਹੜੇ ਤਾਲਬ ਇਲਮ ਨੇ ਤੇ ਜਿਹੜੀਆਂ ਹਵਾਤੀਨ ਨੇ ਉਹ ਚਾਹੁੰਦੀਆਂ ਨੇ ਕਿ ਅਸੀਂ ਮੁਰਗੀਆਂ ਪਾਲ ਕੇ ਆਪਣਾ ਘਰ ਵਾਸਤੇ ਇਹਨਾਂ ਕੋਲ ਅੰਡੇ ਜਾਂ ਗੋਸ਼ਤ ਹਾਸਲ ਕਰਨਾ ਚਾਹੁੰਦੇ ਨੇ ਜਾਂ ਅਗਰ ਕੋਈ ਕਾਰੋਬਾਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਅੱਛਾ ਜਿਹਾ ਮਸ਼ਵਰਾ ਦੇ ਦਿਓ ਉਹਨਾਂ ਵਾਸਤੇ ਬਹੁਤ ਅੱਛਾ ਮਸ਼ਵਰਾ ਹੈ ਕਿ ਦੇਸੀ ਤੌਰ 'ਤੇ ਜਿਵੇਂ ਪਿੰਡਾਂ ਦੇ ਵਿੱਚ ਜਿਹੜੀਆਂ ਨੇ ਜ਼ਿਆਦਾਤਰ ਖਾਵਾਂ ਜਿਹੜੇ ਨੇ ਉਹ ਦਿਹਾੜੀ ਵਗੈਰਾ ਜਾਂਦੇ ਨੇ ਔਰ ਔਰਤਾਂ ਘਰ ਹੀ ਹੁੰਦੀਆਂ ਨੇ ਉਹਨਾਂ ਵਾਸਤੇ ਬਹੁਤ ਅੱਛਾ ਹੋਏਗਾ ਕਿ ਉਹ ਜਿਹੜੇ ਨੇ ਮੁਰਗੀਆਂ ਰੱਖਣ ਘਰ ਹੀ ਔਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਅੰਡਾ ਜਿਹੜਾ ਨਾ ਵੇਖਦਾ ਵਿਆ ਲਾ ਔਰ ਦੇਸੀ ਅੰਡਾ ਜਿਹੜਾ 25 ਰੁਪਏ ਦਾ ਇੱਕ ਅੰਡਾ ਹੁੰਦਾ ਔਰ ਅਗਰ ਤੁਸੀਂ ਕਹਾ ਘਰ ਦੇ ਵਿੱਚ ਕੋਈ 10-12 ਮੁਰਗੀਆਂ ਰੱਖੀਆਂ ਨੇ ਔਰ ਉਹ 10 ਅੰਡੇ ਵੀ ਦਿੰਦੀਆਂ ਨੇ ਪਈਆਂ ਅਤੇ ਉਹਦੇ ਵਾਸਤੇ ਤੁਹਾਨੂੰ ਤਕਰੀਬਨ 200-250 ਰੁਪਏ ਮਿਲ ਜਾਂਦਾ ਵੇ ਰੋਜ਼ ਦਾ ਔਰ ਘਰ ਵਾਲੇ ਖਵਾਤੀਨ ਵਾਸਤੇ ਬਹੁਤ ਈਜ਼ੀ ਹੋਈ ਜਾਵੇਗਾ ਕਿ 200-250 ਦੇ ਵਿੱਚ ਘਰ ਦੀ ਆਪਣੀ ਹਾਂਡੀ ਵਗੈਰਾ ਇਸਤੇਮਾਲ ਕਰ ਸਕਦੀ ਆਪਣੇ ਪੈਸੇ ਜਿਹੜੇ ਨੇ ਉਹ ਘਰ ਹੀ ਰੱਖ ਸਕਦੀ ਔਰ ਖਾਵਣ ਦੀ ਜਿਹੜੀ ਕਮਾਈ ਜੀ ਉਹ ਕਿਤੇ ਹੋਰ ਸਰਵ ਕਰ ਸਕਦੀ ਹੈ ਮਾਸ਼ਾਅੱਲਾ ਜੀ ਤੇ ਸਰ ਤੁਸੀਂ ਇਹਨਾਂ ਨੂੰ ਰੱਖਿਆ ਆਪਣੇ ਯਾਨੀ ਕਿ ਜ਼ਰੂਰੀਅਤ ਤੁਸੀਂ ਪੂਰੀ ਕਰਦੇ ਹੋ ਹਾਂਜੀ ਅਗਰ ਕੋਈ ਬੰਦਾ ਨੂੰ ਕਾਰੋਬਾਰ ਦੇ ਪੁਆਇੰਟ ਆਫ ਵਿਊ ਨਾਲ ਕਰਨਾ ਚਾਹੁੰਦਾ ਹੈ ਤੇ ਫਿਰ ਇਹ ਕੰਮ ਕਿਵੇਂ ਹੈ ਅਗਰ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ ਤੁਸੀਂ ਇਹਨੂੰ ਦੇਖਣਾ ਚਾਹੋ ਤੇ ਬਹੁਤ ਅੱਛਾ ਬਿਜ਼ਨਸ ਹੈ ਕਿ ਮੈਂ ਦੱਸਿਆ ਤੁਹਾਨੂੰ 60 ਮੁਰਗੀਆਂ ਵਾਸਤੇ ਮੈਂ ਤਕਰੀਬਨ ਇਹਨਾਂ ਨੂੰ 600-650 ਰੁਪਏ ਦਾ ਦਾਣਾ ਰੋਜ਼ ਡਾਲਣਾ ਔਰ ਤੁਸੀਂ ਮੈਂ ਫਿਲਹਾਲ ਬਸ ਛੋਟੇ ਜਿਹੇ ਰੱਖਿਆ ਅਗਰ ਤੁਸੀਂ ਇਹਨੂੰ ਬਿਜ਼ਨਸ ਦੇ ਤੌਰ 'ਤੇ ਆਪਣਾ ਪਰਮਾਨੈਂਟਲੀ ਕੰਮ ਜਾਂ ਇਹਨੂੰ ਵਰਕ ਕਰਨਾ ਚਾਹੁੰਦੇ ਰਹਿੰਦੇ ਤਾਂ ਤੁਸੀਂ ਇਹ ਤਕਰੀਬਨ ਕੁਝ 500-700 ਮੁਰਗੀ ਰੱਖੋ ਨਾਲ ਮੁਰਗੀਆਂ ਵੀ ਹੋਣ ਉਹਦੀ ਵਜ੍ਹਾ ਤੋਂ ਇਹਨੂੰ ਜਿਹੜਾ ਨਾ ਬਹੁਤ ਪ੍ਰੋਫਿਟ ਮਿਲ ਸਕਦਾ ਔਰ ਇੱਕ ਦਿਨ ਦੇ ਵਿੱਚ ਤੁਸੀਂ 600-650 ਰੁਪਇਆ ਦੇ ਕੇ ਤਾਂ ਤੁਸੀਂ ਕੋਈ ਇੰਨਾ 'ਚ ਮੈਂ ਅਗਰ ਮੈਂ ਇਹਨਾਂ ਸੇਲ ਕਰਨਾ 600-650 ਰੁਪਇਆ ਰੋਜ਼ ਲਾਉਣਾ ਵਾ ਇਹਨਾਂ 'ਤੇ ਮੈਂ ਕੋਈ 1000-1500 ਰੁਪਇਆ ਰੋਜ਼ ਇਹਨਾਂ ਨੂੰ ਕਮਾ ਸਕਦਾ ਵਾਂ ਮਾਸ਼ਾਅੱਲਾ ਅਗਰ ਕਿਸੇ ਬੰਦੇ ਨੇ 500 ਮੁਰਗੀ ਰੱਖੀ ਹੈ ਹਾਂਜੀ ਉਹ ਪੂਰਾ ਸਾਲ ਹੀ ਅਗਰ ਅਸੀਂ ਐਵਰੇਜ ਕੱਢੀਏ ਤਾਂ ਮਹੀਨਾ ਕੋਈ 500 ਮੁਰਗੀ ਪਰ ਮੰਥ ਕਿੰਨੇ ਕੁ ਪੈਸੇ ਬਚਾਈ ਜਾਂਦੀ ਹੈ ਮੁਰਗੀ ਜਿਹੜੀ ਹੈ ਸਮ ਟਾਈਮ ਬੰਦੇ ਨੂੰ ਮੌਸਮ ਚੇਂਜ ਹੁੰਦਾ ਤਾਂ ਨੁਕਸਾਨ ਵੀ ਹੁੰਦਾ ਹੈ ਕਿ ਮੁਰਗੀ ਲਈ ਅਗਰ ਤੁਸੀਂ ਮੁਰਗੀ ਤਿਆਰ ਮੁਰਗੀ ਲੈਂਦੇ ਹੋ 5-6 ਮੰਥ ਦੀ ਅਤੇ ਉਹ ਤੁਹਾਨੂੰ 500 ਰੁਪਏ ਦੀ 450-500 ਰੁਪਏ ਦੀ ਪੈਂਦੀ ਹੈ ਔਰ ਮੌਸਮ ਚੇਂਜ ਹੁੰਦਾ ਇਹਦੇ ਵਿੱਚੋਂ ਅਸੀਂ ਜੇ ਸਟਾਰਟ 'ਤੇ ਲਏ ਹਨ 110 ਚੁੱਕੇ ਲਏ ਹਨ ਸਾਡੇ ਵਿੱਚ ਕੁਛ ਮਰ ਗਏ ਹਨ ਮੌਸਮ ਚੇਂਜ ਹੋਇਆ ਸਾਨੂੰ ਹੈਂਡਲ ਨਹੀਂ ਕਰਨਾ ਹੈ ਅਤੇ ਅਗਰ ਤੁਸੀਂ ਇੱਕ ਮੰਥ ਦੀ ਐਵਰੇਜ ਕੱਢੋ ਤਾਂ ਉਹਦੇ ਵਿੱਚ ਤਕਰੀਬਨ ਜਿਹੜੀ ਇੱਕ ਮੁਰਗੀ ਜਿਹੜੀ ਹੈ ਤੁਹਾਨੂੰ ਕਮ ਅਜ਼ ਕਮ ਤੁਹਾਨੂੰ ਕੋਈ 5-7 ਹਜ਼ਾਰ ਰੁਪਇਆ ਬਚਾਈ ਜਾਂਦੀ ਅਗਰ ਅੰਡੇ ਦਿੰਦੀ ਹੈ ਪੀਓ 'ਤੇ ਜੀ ਭਾਈ ਜਾਨ ਬਹੁਤ ਸ਼ੁਕਰੀਆ ਜਨਾਬ ਤਾਬਿਆਦਾਰ ਅੱਲਾ ਹਾਫਿਜ਼ ਅੱਲਾ ਹਾਫਿਜ਼